ਤਪਾ ਖੇਤਰ ਵਿੱਚ ਬੀਤੀ ਰਾਤ ਚੱਲੇ ਤੇਜ਼ ਝੱਖੜ ਗੜੇਮਾਰੀ ਅਤੇ ਭਾਰੀ ਮੀਂਹ ਕਾਰਨ ਦਰਾਜ ਦਰਾਕਾਂ ਅਤੇ ਬੱਗਰਾਂ ਦੇ ਆਲੇ ਦੁਆਲੇ ਦੇ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੋ ਗਿਆ, ਜਿਸ ਕਾਰਨ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਿਤ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਪਏ ਮੀਂਹ ਅਤੇ ਹਨੇਰੀ ਦੇ ਤੇਜ਼ ਝੱਖੜ ਕਾਰਨ ਉਨ੍ਹਾਂ ਦੀ ਪੱਕ ਕੇ ਤਿਆਰ ਹੋ ਚੁੱਕੀ ਫਸਲ ਦਾ 75% ਨੁਕਸਾਨ ਹੋ ਗਿਆ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਹਨਾਂ ਨੂੰ ਕੰਬਾਈਨ ਦੇ ਪੈਸੇ ਵੀ ਪੱਲਿਓ ਹੀ ਦੇਣੇ ਪੈਣਗੇ। ਮੈਂ ਜੀ ਬਲਦੇਵ ਸਿੰਘ, ਪਿੰਡ ਦਰਾਜ, ਅਸੀਂ ਦਰਾਜ ਦਰਾਕੇ ਦੇ ਰਹਿਣ ਵਾਲੇ ਹਾਂ ਜੀ। ਬੀਜੂ ਗਰਾਹਾ ਕਿਸਾਨ ਯੂਨੀਅਨ, ਇਹ ਜੋ ਕੁਦਰਤੀ ਮਾਰ ਸਾਡੇ ਹੋਈ ਆ ਜੀ, ਰਾਤ ਤਕਰੀਬਨ 8 ਦਾ ਟਾਈਮ ਸੀ ਜੀ, ਉਦੋਂ ਗੜੇਮਾਰੀ ਸਾਡੇ ਬਹੁਤ ਜ਼ਿਆਦਾ ਗੜੇ ਪਏ ਆ ਜੀ। ਜੋ ਸਾਡਾ ਰਕਬਾ ਹੈ, ਸਾਡਾ 3,750 ਕਿੱਲਾ, ਉਹਦੇ ਵਿੱਚ ਜੀ ਬਹੁਤ ਜ਼ਿਆਦਾ ਕਹਿਰ ਕਮਾਇਆ ਗੜਿਆਂ ਨੇ, ਬਹੁਤ ਕਿਸਾਨ ਪਰੇਸ਼ਾਨ ਹੋਏ ਆ ਜੀ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ, ਜੋ ਸਾਡਾ ਬਣਦਾ ਮੁਆਵਜ਼ਾ ਇਹ ਸਾਨੂੰ ਮੁਹੱਈਆ ਕਰਾਵੇ ਜੀ। ਸਾਡੇ ਖੇਤਾਂ ਦੀਆਂ ਜੋ ਗਰਦੌਰੀਆਂ ਨੇ ਉਹ ਕਹਿ ਕੇ ਪਟਵਾਰੀ ਸਾਹਿਬ ਨੂੰ ਗਰਦੌਰੀ ਕਰਾਵੇ। ਜੇ ਸਾਡੀ ਸਰਕਾਰ ਕੋਈ ਨਾ ਗੱਲ ਸੁਣੂਗੀ, ਫਿਰ ਅੱਗੇ ਅਸੀਂ ਆਪਦੇ ਕੋਈ ਸੰਘਰਸ਼ ਦੀ ਤਿਆਰੀ ਕਰਾਂਗੇ। ਇਹਦੇ ਜਿਹੜਾ ਨੁਕਸਾਨ ਹੋਇਆ ਜੀ, ਕੋਈ ਅਧਿਕਾਰੀ ਆਇਆ, ਪ੍ਰਸ਼ਾਸਨ ਅਧਿਕਾਰੀ ਕੋਈ? ਕੋਈ ਸਾਡੀ ਕਿਸੇ ਨੇ ਬਾਤ ਨਹੀਂ ਜੀ, ਪੁਸੀ ਅਧਿਕਾਰੀ ਨੇ, ਕੋਈ ਸਾਡੇ ਕੋਲ ਆਇਆ ਨਹੀਂ। ਅੱਜ ਅਸੀਂ DC ਸਾਹਿਬ ਨੂੰ ਮਿਲ ਕੇ ਆਏ ਹਾਂ, ਮੰਗ ਪੱਤਰ ਦੇ ਕੇ ਆਏ ਹਾਂ ਜੀ, ਅਤੇ ਹੋਰ ਸਾਡੇ ਕੋਈ ਅਧਿਕਾਰੀ ਨਹੀਂ ਪਹੁੰਚਿਆ। ਠੀਕ ਹੈ, ਹੁਣ ਤੁਹਾਡੀ ਕੀ ਮੰਗ ਹੈਗੀ? ਸਾਡੀ ਮੰਗ ਆ ਜੀ, ਸਾਨੂੰ ਮਨ ਦਾ ਮੁਆਵਜ਼ਾ ਦਿੱਤਾ ਜਾਵੇ, ਸਾਡੇ ਖੇਤਾਂ ਦੀ ਗਰਦੌਰੀ ਹੋ ਜੇ, ਸਾਨੂੰ ਜੋ ਸਾਡਾ ਹੱਕ ਹੈਗਾ ਉਹ ਸਾਨੂੰ ਮਿਲ ਜੇ, ਤਾਂ ਅਸੀਂ ਬੜਾ ਧੰਨਵਾਦ ਕਰਦੇ ਹਾਂ। 90% ਨੁਕਸਾਨ ਆ ਜੀ ਸਾਡੇ, ਅਤੇ ਜੇ ਹੁਣ ਕੋਈ ਵੀ ਦਾਣਾ ਬੱਲੀ ਦੇ ਨਾਲ ਆ ਜੀ, ਇੱਕ ਫੋਕ ਹੀ ਖੜੀ ਹੈਗੀ, ਕੋਈ ਦਾਣਾ ਹੈ ਨਹੀਂ ਚੌਲਾਂ ਦੇ। ਸਤਨਾਮ ਸਿੰਘ ਜੀ, ਮੇਰੇ ਕੋਲ ਸਾਰਾ ਵਾਹਣ ਠੇਕੇ 'ਤੇ ਸੀਗਾ ਜੀ, 70 ਦੇ 70 ਕਿੱਲੇ ਜੀ, ਘਰ ਦਾ ਔਰਾ ਵੀ ਨਹੀਂ ਸੀ, ਰੱਬ ਨੇ 5 ਮਿੰਟਾਂ 'ਚ ਹੀ ਖੋਲਿਆ ਸਾਰਾ ਕੁਛ। ਬੇਨਤੀ ਆ ਵੀ ਸਾਡਾ ਮਨ ਦਾ ਮੁਆਵਜ਼ਾ ਦੇ ਦੇ ਜੀ, 90-95% ਨੁਕਸਾਨ ਕਰਤਾ, ਬੱਲੀ ਦੇ ਵਿੱਚ 5 ਦਾਣੇ ਜਾਂ 4 ਦਾਣੇ ਰਹੇ। ਕਿੰਨਾ ਠੇਕਾ ਭਰਿਆ ਤੁਸੀਂ? ਮੈਂ ਜੀ 62,000 ਨੂੰ ਠੇਕੇ 'ਤੇ ਲਿਆ ਸੀ। ਕਿੰਨੇ ਬਣੇ? 31 ਕਿੱਲੇ 26 ਕਿੱਲੇ 62,000 ਨੂੰ ਪ੍ਰਤੀ ਕਿੱਲਾ। ਉੱਥੇ ਹੀ ਸੰਗਤ ਮੰਡੀ ਇਲਾਕੇ ਵਿੱਚ ਪਈ ਭਾਰੀ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਕਿਸਾਨਾਂ ਦੀ ਨਰਮੇ ਅਤੇ ਝੋਨੇ ਦੀ ਫਸਲ ਖਰਾਬ ਹੋ ਗਈ, ਜਿਸ ਕਾਰਨ ਝੋਨੇ ਦੀ ਫਸਲ ਦਾ ਝਾੜ ਘੱਟ ਨਿਕਲਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਬਰਸਾਤ ਪੈਣ ਕਾਰਨ ਉਹਨਾਂ ਦਾ ਖਿੜਿਆ ਹੋਇਆ ਨਰਮਾ ਇੱਕਦਮ ਕਾਲਾ ਪੈ ਗਿਆ ਅਤੇ ਝੋਨੇ ਦੀ ਫਸਲ ਦਾ ਬੂਰ ਵੀ ਝੜ ਗਿਆ। ਮੌਸਮੀ ਵਰਖਾ ਹੋ ਰਹੀ ਹੈ, ਇਸ ਦੇ ਨਾਲ ਮੁੱਖ ਫਸਲਾਂ ਜਿਹੜੀਆਂ ਆਪਣੀਆਂ ਝੋਨੇ ਦੀ ਅਤੇ ਨਰਮੇ ਦੀ, ਇਹਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੈ। ਝੋਨੇ ਦੇ ਜਿਹੜੇ ਦਾਣੇ ਹੈ ਉਹ ਕਾਲੇ ਹੋ ਰਹੇ ਹੈ, ਪਾਣੀ ਦੇ ਨਾਲ ਰਾਤ ਡੁੱਬੇ ਪਏ ਹੈ, ਹੋਰ ਵੀ ਹਜੇ ਬਰਸਾਤ ਹੋ ਰਹੀ ਹੈ। ਇਸ ਦੇ ਨਾਲ ਜੋ ਕਿਸਾਨ ਪਹਿਲਾਂ ਹੀ ਪਰੇਸ਼ਾਨ ਹੁੰਦਾ ਸੀ ਮੰਡੀਆਂ ਦੇ ਵਿੱਚ, ਅਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਪਾਰੀਆਂ ਨੂੰ ਹੋਰ ਸੌਖਾ ਹੋ ਜੂਗਾ ਇਹਦੇ ਵਿੱਚ ਨੁਕਸ ਕੱਢਣ ਦਾ ਅਤੇ ਇਸ ਨੂੰ ਮੰਦੇ ਭਾਅ ਲੈਣ ਦਾ। ਇਸ ਦੇ ਨਾਲ ਕਿਸਾਨਾਂ ਦਾ ਬਹੁਤ ਹੀ ਭਾਰੀ ਨੁਕਸਾਨ ਹੈ, ਅਤੇ ਜਿਹੜਾ ਨਰਮੇ ਦੇ ਫੁੱਟ ਹੈ ਹੁਣ ਖਿੜੇ ਪਏ ਸੀਗੇ, ਉਹਦਾ ਵੀ ਬਹੁਤ ਭਾਰੀ ਨੁਕਸਾਨ ਹੈ। ਜੋ ਚੋਣੀਆਂ ਉਹ ਵੀ ਇਸ ਨੂੰ ਮਹਿੰਗੇ ਭਾਅ 'ਤੇ ਚੁਗਣਗੀਆਂ, ਅਤੇ ਇਸ ਦੀ ਕੁਆਲਿਟੀ ਵਿੱਚ ਵੀ ਬਹੁਤ ਜ਼ਿਆਦਾ ਫਰਕ ਪਵੇਗਾ, ਅਤੇ ਮੰਦੇ ਭਾਅ ਵਪਾਰੀ ਇਹ ਨਰਮੇ ਦੀ ਫਸਲ ਨੂੰ ਵੀ ਖਰੀਦਣਗੇ। ਉਸਵੇਂ ਬਰਸਾਤ ਹੋਈ ਹੈ ਜੀ, ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੈ, ਇਹਦੇ ਦਾਣੇ ਵੀ ਕਾਲੇ ਹੋ ਗਏ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਅੱਗੇ ਹੀ ਬਹੁਤ ਪਰੇਸ਼ਾਨ ਸਨ, ਜੋ ਕਿ ਹੁਣ ਝੋਨੇ ਦੇ ਦਾਣੇ ਕਾਲੇ ਹੋ ਗਏ, ਇਹ ਵਪਾਰੀ ਵੀ ਬਹੁਤ ਘੱਟ ਖਰੀਦ ਕੇ ਲੈਣਗੇ। ਨਰਮਾ ਜੋ ਨਰਮੇ ਦੀ ਫਸਲ ਹੈ, ਇਹਦੇ ਟਿੰਡੇ ਗਲ ਚੁੱਕੇ ਨੇ, ਇਹ ਜੋ ਇਹ ਚੰਗਾ ਲਾਭ ਲੈਣਾ ਸੀ ਇਹਤੋਂ ਅਸੀਂ, ਇਹਨੂੰ ਵਪਾਰੀ ਵੀ ਘੱਟ ਲੈਣਗੇ। ਬਹੁਤ ਹੀ ਜ਼ਿਆਦਾ ਨੁਕਸਾਨ ਨਰਮੇ ਦਾ ਜੀ, ਪਰਮਾਤਮਾ ਉਰੇ ਅਰਦਾਸ ਬੇਨਤੀ ਕਰਦੇ ਹਾਂ ਅੱਗੇ ਤੋਂ 10-20 ਦਿਨ ਠੀਕ ਲਾਵੇ, ਜੋ ਕਿ ਕਿਸਾਨ ਖੁਸ਼ਹਾਲ ਹੋ ਜਾਵੇ। ਸਾਡੇ ਇਲਾਕੇ ਸੰਗਤ ਮੰਡੀ ਦੇ ਪਿੰਡਾਂ ਦੇ ਵਿੱਚ ਜਿਹੜੀ ਬਰਸਾਤ ਹੋਈ ਬੇਮੌਸਮੀ ਜੀ, ਇਹਦੇ ਕਾਰਨ ਨਾਲ ਸਾਡਾ ਬਹੁਤ ਫਸਲਾਂ ਨੁਕਸਾਨ ਹੋਇਆ। ਨਰਮਾ ਸਾਡਾ 50-60% ਲਗਭਗ ਖਰਾਬ ਹੋ ਗਿਆ, ਕਿਉਂਕਿ ਬਾਰਿਸ਼ ਦੇ ਕਾਰਨ ਸਾਰਾ ਚਿੱਟਾ ਤੋਂ ਕਾਲਾ ਹੋ ਜੂ ਨਰਮਾ। ਹੁਣ ਝੋਨਾ ਵੀ ਬਹੁਤ ਖਰਾਬ ਹੋ ਗਿਆ, ਸਾਡਾ ਬਹੁਤ ਨੁਕਸਾਨ ਆਇਆ ਬੇਮੌਸਮੀ ਬਰਸਾਤ ਕਾਰਨ। ਪਰਮਾਤਮਾ ਦੀ ਕਿਰਪਾ ਹੋ ਗਈ ਸਾਡੇ 'ਤੇ, ਪਰਮਾਤਮਾ ਚੰਗੇ ਦਿਨ ਲਾਵੇ, ਵਧੀਆ ਹੈ, ਕਿਸਾਨ ਮਾੜਾ ਮੋਟਾ ਹੋਵੇ। ਇਸ ਲਈ ਕਰਕੇ ਅਸੀਂ ਕਹਿੰਦੇ ਹਾਂ ਕਿ ਵੀ ਸਰਕਾਰ ਨੂੰ ਸਾਡੇ ਸੋਚਣਾ ਚਾਹੀਦਾ।
ਸਾਨੂੰ ਬਣਦਾ ਕੋਈ ਮੁਆਵਜ਼ਾ ਦਿੱਤਾ ਜਾਵੇ। ਇਸ ਬਾਰੇ ਜਦੋਂ ਬਲਾਕ ਖੇਤੀਬਾੜੀ ਅਫਸਰ ਧਰਮਪਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਟੀਮਾਂ ਭੇਜ ਕੇ ਨਰਮੇ ਅਤੇ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਜਿੱਥੇ ਕਿਤੇ ਪਾਣੀ ਲੱਗਿਆ ਸੀ ਜਾਂ ਭਾਰੇ ਖੇਤ ਸੀਗੇ ਉੱਥੇ ਜ਼ਰੂਰ ਝੋਨੇ ਦੀ ਫਸਲ ਕਿਤੇ ਵਿਛੀ ਹੈ ਉੱਥੇ ਜ਼ਰੂਰ ਸੰਭਾਵਨਾ ਹੈ ਕਿ ਉਹ ਅਸਰ ਹੈ ਜਿਹੜਾ ਉਹਦਾ ਝਾੜ ਦੇ ਉੱਤੇ ਪਏਗਾ। ਕਿਉਂਕਿ ਨਰਮੇ ਦੀ ਜੇ ਆਪਾਂ ਗੱਲ ਕਰੀਏ ਕੁਝ ਖੇਤਾਂ ਦੇ ਵਿੱਚ ਜੋ ਜਿੱਥੇ ਟਿੰਡੇ ਜਿਹੜੇ ਜ਼ਮੀਨ ਦੇ ਨਾਲ ਲੱਗ ਗਏ ਉੱਥੇ ਕੁਆਲਿਟੀ ਦੇ ਉੱਤੇ ਜ਼ਰੂਰ ਅਸਰ ਪਏਗਾ। ਝਾੜ ਦੇ ਜੇ ਆਪਾਂ ਕੁੱਲ ਮਿਲਾ ਕੇ ਵੇਖੀਏ ਤਾਂ ਇਸ ਸਥਿਤੀ ਦੇ ਵਿੱਚ ਹਜੇ ਕਹਿਣਾ ਸੰਭਵ ਨਹੀਂ ਹੈ। ਸਾਡੀਆਂ ਟੀਮਾਂ ਜਿਹੜੀਆਂ ਨੇ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਦੌਰਾ ਕਰ ਰਹੀਆਂ ਨੇ ਅਤੇ ਉਹਨਾਂ ਦੀ ਰਿਪੋਰਟ ਆਉਣ ਦੇ ਉੱਤੇ ਜਿਹੜੀ ਅਸਲ ਸਥਿਤੀ ਪਤਾ ਲੱਗ ਸਕੇਗੀ। ਅਤੇ ਜੇ ਮੌਸਮ ਖੁਸ਼ਕ ਹੋ ਜਾਂਦਾ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਅਤੇ ਜੇ ਮੌਸਮ ਲਗਾਤਾਰ ਇਸੇ ਤਰ੍ਹਾਂ ਬਣਿਆ ਰਹਿੰਦਾ ਜਾਂ ਬਾਰਿਸ਼ ਜੇ ਵਧਦੀ ਹੈ ਆਉਣ ਵਾਲੇ ਸਮੇਂ ਜੇ ਬਾਰਿਸ਼ ਪੈਂਦੀ ਹੈ ਤਾਂ ਜ਼ਰੂਰ ਇਹਦੇ ਜਿਹੜਾ ਹੈ ਫਸਲ ਦੇ ਉੱਤੇ ਝਾੜ ਦੇ ਉੱਤੇ ਅਸਰ ਪੈ ਸਕਦਾ।